ਅਗਲਾ ਬੋਲ ਤੂੰ ਨਾ ਦੱਸਿਆ ਅਗਲਾ ਬੋਲ ਦੇਵੇ ਫੁੱਟ ਦਾ ਸਾਡਾ ਜਾਣ ਰਿਹਾ ਵਾ ਜਗ੍ਹਾ ਜਾਣ ਰਹੀ ਹੈਗੀ ਆ ਸਾਡੀ ਜਗ੍ਹਾ ਵਾ ਅਸੀਂ ਆਪਣੀ ਜਗ੍ਹਾ ਦੇ ਵਿੱਚ ਪਲਸਤਰ ਪਲਸਤਰ ਹੁੰਦੇ ਗੇ ਪਰ ਇਹਨੇ ਬਦਮਾਸ਼ੀ ਦੀ ਤੌਰ ਤੇ ਕੰਧ ਪਲਸਤਰ ਕਰਨ ਦਿਆ ਵਾ ਇਹ ਕਹਿੰਦਾ ਮੈਂ ਆਉ ਕਰ ਦੂੰਗਾ ਮੇਰੇ ਕੋਲ ਕੱਚਾ ਹੈਗਾ ਵਾ ਮੈਂ ਤੁਹਾਨੂੰ ਰਾਹ ਤੇ ਰਾਹ ਗੋਲੀਆਂ ਮਾਰ ਕੇ ਭੰਨ ਦੂੰਗਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ ਵੀ ਸਾਨੂੰ ਫੈਸਲਾ ਹੁੰਦਾ ਐਸ ਐਸ ਤੁਹਾਨੂੰ ਟੁੱਟ ਟੁੱਟ ਕੇ ਪਲੈਨ ਦੇ ਕਿਉਂ ਲੈਣੇ ਐਸ ਐਸ ਸਾਹਿਬਾਂ ਨੂੰ ਟੁੱਟ ਕੇ ਮੇਰਾ ਨਾਮ ਸੁਖਜਿੰਦਰ ਕੌਰ ਆ ਮੇਰੇ ਨਾਨਵੇ ਦਾ ਮਾਮਲਾ ਹੈਗਾ ਵਾ ਉੱਥੇ ਇੱਕ ਪੰਡਿਤ ਰਹਿੰਦਾ ਹੈਗਾ ਵਾ ਉਹ ਪਹਿਲਾਂ ਜਨਾਨੀਆਂ ਲੈ ਕੇ ਸਾਰੇ ਲੈ ਗਏ ਪਹਿਲਾਂ ਘਰ ਹੀ ਉਹਨੂੰ ਘਰ ਪੈ ਗਏ 12 ਸਾਲਾਂ ਦੀ ਕੁੜੀ ਖਿੱਚ ਕੇ ਲੈ ਗਏ ਆ ਹਨਾ ਵੀਡੀਓ ਬਣੀਆਂ ਹੈਗੀਆਂ ਸਾਰੀਆਂ ਵੀਡੀਓ ਵਾਇਰਲ ਹੋ ਗਈਆਂ ਹੈਗੀਆਂ ਵਾ ਬਣੀਆਂ ਹੈਗੀਆਂ ਵਾ ਤਾਂ ਪਰਸੋਂ ਵੀ ਅਸੀਂ ਥਾਣੇ ਦੇ ਵਿੱਚ ਆਏ ਹਾਂ ਸਾਰੇ ਪਾਸਿਆਂ ਨੂੰ ਬੰਦੇ ਇਹਨਾਂ ਦੀ ਜਨਾਨੀਆਂ ਨੇ ਫਿਰ ਇੱਥੇ ਧਰਨਾ ਲਾ ਕੇ ਇਹਨੂੰ ਗਾਲ ਮੰਦਾ ਕੀਤਾ ਥਾਣੇ ਚੋਂ ਕਿਹੜੇ ਪੁਲਿਸ ਵਾਲੇ ਨੇ ਬਾਹਰ ਨਿਕਲ ਕੇ ਇਹਨਾਂ ਨੂੰ ਬੋਲਿਆ ਵੀ ਇੰਨਾ ਗੰਦ ਕਿਉਂ ਬੋਲਣ ਲੱਗੀਆਂ ਜੀ ਇਹਨਾਂ ਨੂੰ ਹਨਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ ਵੀ ਸਾਨੂੰ ਫੈਸਲਾ ਹੁੰਦਾ ਐਸ ਐਸ ਤੁਹਾਨੂੰ ਟੁੱਟ ਟੁੱਟ ਕੇ ਪਲੈਨ ਦੇ ਕਿਉਂ ਲੈਣੇ ਐਸ ਐਸ ਸਾਹਿਬਾਂ ਨੂੰ ਟੁੱਟ ਕੇ ਮਾਮਲਾ ਇਹ ਵੀ ਕੰਧ ਸਾਡੀ ਜਗ੍ਹਾ ਦੇ ਵਿੱਚ ਉਹਦੀ ਪੰਡਿਤ ਦੀ ਕੰਧ ਆ ਸਾਡੀ ਜਗ੍ਹਾ ਵਾ ਪੰਡਿਤ ਕਹਿੰਦਾ ਕਿ ਮੈਂ ਪਲਸਤਰ ਕਰਨਾ ਦੇਵੇ ਫੁੱਟ ਦਾ ਸਾਡਾ ਜਾਣ ਰਿਹਾ ਵਾ ਜਗ੍ਹਾ ਜਾਣ ਰਹੀ ਹੈਗੀ ਆ ਸਾਡੀ ਜਗ੍ਹਾ ਵਾ ਅਸੀਂ ਆਪਣੀ ਜਗ੍ਹਾ ਦੇ ਵਿੱਚ ਕਿਸ ਤਰ੍ਹਾਂ ਪਲਸਤਰ ਹੋਣਦੇ ਗੇ ਸਾਡੀ ਮਰਜ਼ੀ ਸਹਿਮਦੀ ਨਾ ਬੜਾ ਕੁਛ ਹੋ ਜਾਂਦਾ ਪਰ ਅਸੀਂ ਉਹ ਵੀ ਲਮਾਸ਼ੀਆਂ ਵਿਖਾ ਲੈਂਦੇ ਹੈਗਾ ਥਾਣੇ ਦਾ ਮਾਮਲਾ ਹੈਗਾ ਤੇ ਲੋਕ ਮੇਰੇ ਥਾਣੇ ਦਾ ਮਾਮਲਾ ਹੈਗਾ ਨਹੀਂ ਜਦੋਂ ਪਲਾਟ ਤੁਸੀਂ ਖਰੀਦਿਆ ਕਿਉਂ ਕੋ ਖਰੀਦਿਆ ਤਾਂ ਉਹ ਮਾਲਕ ਕੀ ਕਹਿੰਦਾ ਵਾ ਉਹ ਆਸਟ੍ਰੇਲੀਆ ਉਹ ਮਾਲਕ ਆਸਟ੍ਰੇਲੀਆ ਵਾ ਮਾਲਕ ਆਸਟ੍ਰੇਲੀਆ ਵਾ ਉਹਨੇ ਹੜਕ ਪੈਸੇ ਲਏ ਕਹਿੰਦਾ ਕਿ ਮੈਂ ਅਗਲੇ ਮਹੀਨੇ ਆ ਰਿਹਾ ਵਾ ਅਗਲੇ ਮਹੀਨੇ ਆਣ ਕੇ ਮੈਂ ਰਜਿਸਟਰੀ ਕਰ ਦਿੰਦਾ ਤੁਹਾਨੂੰ ਤੁਹਾਡੀ ਜਗ੍ਹਾ ਵਾ ਤੁਸੀਂ ਲੈ ਲਈਏ ਤੁਸੀਂ ਵੜੋ ਸਾਡਾ ਆਪਣਾ ਵਾ ਬੰਦਾ ਉਹ ਜਗ੍ਹਾ ਵਾ ਵੜੋ ਤੁਸੀਂ ਜੋ ਮਰਜ਼ੀ ਕਰੋ ਪਰ ਇਹਨੇ ਬਦਮਾਸ਼ੀ ਦੀ ਤੌਰ ਤੇ ਕੰਧ ਪਲਸਤਰ ਕਰਨ ਦਿਆ ਹੈਗਾ ਇਹ ਕਹਿੰਦਾ ਸੰਸਥਾ ਦੀ ਜਗ੍ਹਾ ਵਾ ਇਹਦੀ ਜਨਾਨੀ ਦੀ ਨਾਂ ਦੇ ਤੇ ਰਜਿਸਟਰੀ ਜੇ ਸੰਸਥਾ ਦੀ ਜਗ੍ਹਾ ਸੰਸਥਾ ਦੇ ਨਾਂ ਦੇ ਅਸੀਂ ਖੁਦ ਪਲਸਤਰ ਕਰਾ ਕੇ ਦੇਵਾਂਗੇ ਜੇ ਸੰਸਥਾ ਦੇ ਨਾਂ ਤੇ ਖੁਦ ਪਲਸਤਰ ਕਰਾ ਕੇ ਦੇਵਾਂਗੇ ਇਹਦੀ ਜਨਾਨੀ ਦੇ ਨਾਂ ਤੇ ਰਜਿਸਟਰੀ ਆ ਇਹ ਕਹਿੰਦਾ ਮੈਂ ਆਉ ਕਰ ਦੂੰਗਾ ਮੇਰੇ ਕੋਲ ਕੱਟਾ ਹੈਗਾ ਵਾ ਮੈਂ ਤੁਹਾਨੂੰ ਰਾਹ ਤੇ ਰਾਹ ਗੋਲੀਆਂ ਮਾਰ ਕੇ ਭੰਨ ਦੂੰਗਾ ਆਉ ਕਰ ਦੂੰਗਾ ਸਾਡੇ ਘਰ ਆਣ ਕੇ ਪੈਵੇ ਕਿਉਂ ਇਹਦਾ ਮਤਲਬ ਵੀ ਸਾਡੇ ਘਰ ਆਣ ਕੇ ਪੈਂਦਾ ਹਾਂਜੀ ਕੀ ਨਾਮ ਆ ਜਿਹੜਾ ਬੰਦਾ ਇਹਦੇ ਨਾਲ ਤੁਹਾਡਾ ਝਗੜਾ ਪੰਡਿਤ ਆ ਸ਼ਿਵਸ਼ੰਕਰ ਆ ਸ਼ਿਵਸ਼ੰਕਰ ਪੰਡਿਤ ਦਾ ਨਾਮ ਤੁਸੀਂ ਥਾਣੇ ਆਏ ਹੋ ਹਾਂਜੀ ਕੀ ਮਾਮਲਾ ਹੋਇਆ ਥਾਣੇ ਮਾਮਲੇ ਦੇ ਵਿੱਚ ਕੋਈ ਫੈਸਲਾ ਨਹੀਂ ਹੋਇਆ ਅਸੀਂ ਆਖਿਆ ਕਿ ਸਾਨੂੰ ਟਾਈਮ ਦੇ 1 ਮਹੀਨੇ ਦਾ 1 ਮਹੀਨੇ ਬਾਅਦ ਅਸੀਂ ਆਪ ਕਹਿ ਦਾਂਗੇ ਵੀ ਪਲਸਤਰ ਕਰ ਲਓ ਪਰ ਅਸੀਂ ਪਹਿਲਾਂ ਨਹੀਂ ਪਲਸਤਰ ਹੋਣ ਦੇਣੀ ਹੈਗੀ ਪਰ ਉਹਨਾਂ ਦੇ ਅੰਦਰ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਅੰਦਰ ਐਸ ਐਸ ਓ ਸਾਨੂੰ ਕੱਢਣ ਪਈਆਂ ਨੇ ਸਾਡੀ ਗੱਲ ਸੁਣ ਪੰਡਿਤ ਨੇ ਮੈਨੂੰ ਗਲਤ ਲੈਂਗੁਏਜ ਬੋਲੀ ਐਸ ਐਸ ਓ ਕਹਿੰਦੇ ਫਿਰ ਕਿਉਂ ਬੋਲੀ ਇਹ ਬੰਦਰ ਸਾਹਮਣੇ ਅਸਾਂ ਇਹਨਾਂ ਫਿਰ ਕਿਉਂ ਗੱਦਨ ਬੋਲ ਲੈ ਲੈ ਕਿਉਂ ਬੋਲ ਲਿਆ ਇਹਨਾਂ ਨੇ ਤਾਂ ਇਸ ਨੂੰ ਬੋਲੀ ਬੋਲੀ ਦਾ ਥਾਣੇ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਵੀ ਅਸੀਂ 1 ਮਹੀਨਾ ਪਲਸਤਰ ਨਹੀਂ ਜਾਣੇ 1 ਮਹੀਨੇ ਬਾਅਦ ਜੋ ਮਰਜ਼ੀ ਕਰ ਲਓ
ਕਿਉਂਕਿ ਮਾਲਕ ਆ ਰਹੇ ਸਾਰੇ ਇਕੱਠੇ ਹੋਣ ਰਿਹਾ, ਇੱਕ ਮਹੀਨੇ ਬਾਅਦ ਜੋ ਮਰਜ਼ੀ ਕਰ ਲੈ। ਆਈ ਕਮਿਸ਼ਨਰ ਨੇ ਦਰਖਾਸਤ ਦਿੱਤੀ ਆ, ਜੀ ਐਮ ਨੂੰ ਕਿਤੇ, ਸੀ ਐਮ ਨੇ ਸਾਰੇ ਤੇ ਦਰਖਾਸਤਾਂ ਦਿੱਤੀਆਂ ਹੈਗੀਆਂ ਵਾ, ਇੱਥੇ ਵੀ ਦਰਖਾਸਤ, ਇੱਥੇ ਉੱਥੇ ਵੀ ਦਰਖਾਸਤ, ਇੱਥੇ ਆਉਣ ਵੀ ਆ ਜੀ। ਇਹ ਥੋੜੀ ਗੱਲ ਹੈਗੀ ਵੀ ਐਸਾ ਤੁਹਾਨੂੰ ਟੁੱਟ ਟੁੱਟ ਪਈ ਜਾਵੇ, ਸਮਝਦੇ ਕਿਉਂ ਟੁੱਟ ਕੇ ਪੈ ਰਿਹਾ ਕਰੀ, ਉਹ ਉਹਨਾਂ ਦੀ ਗੱਲ ਕਰਨ ਦੇ, ਕਿਉਂ ਕਰਨ ਦੇ ਉਹਨਾਂ ਦੀ ਗੱਲ ਸਾਰੇ, ਜੇ ਤੇ ਸਰਕਾਰੀ ਮੁਲਾਜ਼ਮ ਜੇ ਸਾਡੀ ਕਿਉਂ ਨਹੀਂ ਗਏ, ਸਾਡੀ ਕਿਉਂ ਨਹੀਂ ਸੁਣਵਾਈ ਹੁੰਦੀ। ਹਾਂਜੀ ਸਰ, ਕੀ ਹੈ ਜੀ ਮਾਮਲਾ ਜਿਹੜਾ ਇੱਕ ਪ੍ਰੋਪਰਟੀ ਨੂੰ ਲੈ ਕੇ ਪਲਸਤਰ ਕਰਨ ਨੂੰ ਲੈ ਕੇ ਹੋਇਆ ਦੋ ਗ੍ਰਾਮ ਵਿੱਚ? ਹਾਂਜੀ, ਇੱਕ ਕੰਧ ਨੂੰ ਪਲਸਤਰ ਕਰਨ ਦਾ ਮਸਲਾ ਹੈ ਜੀ, ਇੱਕ ਜਿਹਦੇ ਵਿੱਚ ਪੰਜੀ ਰਹਿੰਦੇ ਆ ਜੀ, ਉਹ ਆਪਣਾ ਬਣਾ ਰਹੇ ਆ ਹਾਲ ਵਗੈਰਾ ਬਣਾ ਲਿਆ ਸੰਗਤਾਂ ਵਾਸਤੇ, ਉਹਦੇ ਬਾਰ ਬਾਰ ਕੰਧ ਉਹ ਪਲਸਤਰ ਕਰਨਾ ਚਾਹੁੰਦੇ ਆ, ਤੇ ਜਿਹੜੇ ਦੂਸਰੇ ਪਾਰਟੀ ਆ ਉਹ ਕਹਿ ਰਹੀ ਹੈ ਵੀ ਅਸੀਂ ਨਹੀਂ ਕਰਨ ਦੇ ਰਹੀ, ਇਹ ਮਸਲਾ ਹੈ ਜੀ। ਆਖਿਰਕਾਰ ਹੋਇਆ ਕੀ ਸੀ? ਕਿਉਂਕਿ ਹੁਣੇ ਰੀਸੈਂਟਲੀ ਕੁਛ ਸਮੇਂ ਪਹਿਲਾਂ ਥਾਣੇ ਦੇ ਬਾਹਰ ਕਹਿੰਦੇ ਜੀ ਚਪੇੜ ਮਾਰੀ ਹੈ ਜੀ, ਧੱਕਾ ਮੁੱਕੀ ਕੀਤੀ ਗਈ ਹੈ, ਇਹ ਕੀ ਮਾਮਲਾ ਸੀ? ਇਹ ਪੰਡਿਤ ਜੀ ਕਹਿ ਰਹੇ ਆ ਵੀ ਮੈਂ ਬਾਹਰ ਕਿਤੇ ਫੋਨ ਸੁਣਨ ਜਾ ਰਿਹਾ ਸੀ ਤੇ ਦੂਸਰੀ ਪਾਰਟੀ ਜਸਵਿੰਦਰ ਸਿੰਘ ਪਾਰਟੀ ਇਹਨਾਂ ਨੇ ਧੱਕਾ ਮੁੱਕੀ ਕੀਤੀ ਹੈ ਤੇ ਚਪੇੜਾਂ ਵਗੈਰਾ ਮਾਰੀਆਂ, ਤੇ ਇਸ ਸੰਬੰਧੀ ਇਹਨਾਂ ਕੋਲ ਦਰਖਾਸਤ ਲਿਆਇਆ ਜੋ ਬੰਦੀ ਕਾਰਵਾਈ ਕੀਤੀ ਜਾ ਰਹੀ ਜੀ। ਇੱਕ ਸਰ ਜਸਵਿੰਦਰ ਹੋਣਾਂ ਲਈ ਜਿਹੜੀ ਪਾਰਟੀ ਉਹ ਇਹ ਗੱਲ ਕਰ ਰਹੀ ਹੈ ਕਿ ਜੀ ਉਹ ਘਰ ਦੇ ਵਿੱਚ ਸੀ, ਉਹਨਾਂ ਵੱਲੋਂ ਵੀ ਦਰਖਾਸਤ ਦਿੱਤੀ ਗਈ ਸੀ ਕਿ ਇੱਕ ਲੇਡੀਜ਼ ਵੀ ਇਕੱਲੀ ਸੀ, ਲੜਕੀ ਸੀ, ਉਹਨਾਂ ਦੇ ਵੀ ਗੜ ਪਏ ਆ, ਸਾਡੇ ਵੀ ਗੜ ਪਏ ਆ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ, ਨਾ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੂਫ ਮਿਲਿਆ ਸਾਨੂੰ, ਨਾ ਕੋਈ ਇਸ ਤਰ੍ਹਾਂ ਦੀ ਸਾਡੀ ਕੋਈ ਗੱਲ ਸਾਹਮਣੇ ਆਈ। ਕਹਿ ਦਿੰਦੇ ਕਿ ਵੀਡੀਓ ਬਣੀਆਂ ਨੇ ਸਾਡੇ ਕੋਲ, ਵੀਡੀਓ ਵਗੈਰਾ, ਵੀਡੀਓ ਇਹਨਾਂ ਦੀ ਬਾਅਦ ਚ ਕੋਈ ਬਾਈਟ ਵਗੈਰਾ ਦਿੰਦੇ ਆ ਵੀ ਬਣੀਆਂ, ਅਦਰਵਾਈਜ਼ ਹੋਰ ਕੋਈ ਵੀਡੀਓ ਨਹੀਂ ਹੈਗੀ। ਤੇ ਇੱਕ ਸਰ ਲੇਡੀਜ਼ ਜਿਹੜੀ ਉਹ ਤੁਹਾਡੇ ਇਲਜ਼ਾਮ ਲਗਾ ਰਹੀ, ਤੁਸੀਂ ਰਫ ਵੀ ਐਕਟ ਕਰ ਰਹੇ ਜੀ ਉਹਨਾਂ ਨਾਲ, ਔਰ ਜਿਹੜੇ ਪਰਸਨ ਬੈਠੇ ਹੋਏ ਨੇ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੇ, ਸਾਡੀ ਸੁਣਵਾਈ ਹੋ ਰਹੀ ਹੈ, ਜੋ ਵੀ ਹੈ ਕਾਰਵਾਈ ਇਹੀ ਕਾਨੂੰਨ ਮੁਤਾਬਕ ਕਰਨੀ ਹੈ, ਕਿਉਂਕਿ ਅਸੀਂ ਹਰ ਕਿਸੇ ਨੂੰ ਤਾਂ ਸੈਟੀਸਫਾਈ ਨਹੀਂ ਕਰਾ ਨਹੀਂ ਸਕਦੇ ਜੀ। ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦਾ ਹੈਗਾ ਵਾ, ਪਰ ਉਹਨਾਂ ਨੇ ਅਜੇ ਤੱਕ ਮੈਨੂੰ ਕੋਈ ਡਾਕੂਮੈਂਟ ਨਹੀਂ ਦਿੱਤੇ। ਪਲਸਤਰ ਕੋਈ ਨਾ ਕਰਾਉਣ ਦਾ ਕੋਈ ਰੀਜ਼ਨ ਦੱਸਿਆ ਉਹਨਾਂ ਨੇ ਕਿਉਂ ਨਹੀਂ ਕਰਨ ਦੇਣਾ? ਬਸ ਜੀ ਇਹਨਾਂ ਦੀ ਟਸ਼ਨਬਾਜ਼ੀ ਚੱਲ ਰਹੀ ਹੈ।